ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੰਦੀ ਸਿੰਘ ਰਿਹਾਈ ਮੋਰਚੇ ਦੇ ਉੱਪਰ ਆਮਦ ਸਾਹਿਬ ਬੋਹਾਲੀ ਜਿਹੜਾ ਲੱਗਿਆ ਹੋਇਆ ਹੈ ਸਹਿਗੁਰ ਦਾ ਅਜੀਤ ਸਿੰਘ ਨਗਰ ਇੱਕ ਘਟਨਾਵਾਂ ਪ੍ਰਿਆ ਵੀ ਐਸਜੀਪੀਸੀ ਸ਼੍ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਦੇ ਉੱਪਰ ਮੈਂ ਵੇਖੀ ਉਹ ਵੀਡੀਓ ਜਿਹੜਾ ਗੱਡੀ ਨੂੰ ਮਾਰਿਆ ਗਿਆ ਮੁਕੇ ਮਾਰ ਰਹੇ ਨੇ ਵੀ ਤੇ ਚਲੋ ਵਿਰੋਧ ਕਰਨਾ ਹਰ ਇੱਕ ਦਾ ਆਪਣਾ ਫਰਜ਼ ਹੈ ਵਿਰੋਧ ਕਰਨਾ ਹਰ ਇੱਕ ਨੂੰ ਆਪਣਾ ਅਧਿਕਾਰ ਹੈ ਪਰ ਮੈਂ ਇੱਕ ਗੱਲ ਜਿਹੜੀ ਆ ਆਪ ਸੰਗਤ ਕੋ ਪੁੱਛਣਾ ਚਾਹੁੰਨਾ ਵੀ ਜਿਹੜਾ ਬੰਦੀ ਸਿੰਘਾਂ ਦਾ ਮੋਰਚਾ ਹੈ ਰਿਹਾਈ ਮੋਰਚਾ ਹੈ ਇਹ ਕੀ ਹੈ ਮੈਂ ਹੱਥ ਜੋੜ ਬੇਨਤੀ ਕਰਾਂਗਾ ਉੱਥੇ ਨੌਜਵਾਨ ਵੀਰਾਂ ਨੂੰ ਮੇਰਾ ਕਿਸੇ ਨਾਲ ਕੋਈ ਨਿੱਜੀ ਵੈਰ ਨਹੀਂ ਮੇਰੇ ਭਰਾ ਨੇ ਪਰ ਐਸਜੀਪੀਸੀ ਸੰਸਥਾ ਇੱਕ ਬੜੀ ਸਰਮੌਰ ਸੰਸਥਾ ਸਾਡੇ 20 ਵਿਚਾਰਾਂ ਦਾ ਟਕਰਾ ਹੈ ਐਸਜੀਪੀਸੀ ਨਾਲ ਇਹ ਨਹੀਂ ਸਾਡੇ 23-20 ਪਰਚੇ ਜਿਹੜੇ ਨੇ ਉਹ ਐਸਜੀਪੀਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਤੇ ਵੀ ਚੱਲ ਰਹੇ ਨੇ ਪਰਚੇ ਅਸੀਂ ਵੀ ਤਰੀਕਾ ਭੁਗਤਦੇ ਆ ਸਾਡਾ ਕੋਈ ਉਹਨਾਂ ਨਾਲ ਨੋ ਮਾਸ ਦਾ ਰਿਸ਼ਤਾ ਨਹੀਂ ਪਰ ਜਦੋਂ ਗੱਲ ਬੰਦੀ ਸਿੰਘਾਂ ਦੀ ਹੁੰਦੀ ਆ ਜਦੋਂ ਗੱਲ ਕੌਮ ਦੇ ਜਿਹਾਰੂ ਸਿੰਘਾਂ ਦੀ ਹੁੰਦੀ ਆ ਤੇ ਅੱਜ ਲੜਾਈ ਭਾਵੇਂ ਉਹ ਸ਼ਰਮ ਨਾਲ ਲੜ ਰਹੇ ਨੇ ਭਾਵੇਂ ਉਹ ਅਕਾਲੀ ਦਲ ਆ ਭਾਵੇਂ ਕੋਈ ਐ ਭਾਵੇਂ ਉਹ ਲੋਕਾਂ ਤੇ ਜਾ ਜਾ ਕੇ ਲੋਕਾਂ ਨੇ ਕੀ ਹਾਲਾਤ ਬਣਾਤੇ ਪਰ ਅੱਜ ਉਹ ਮਜਬੂਰ ਹੋ ਗਏ ਤੁਹਾਡੀ ਗੱਲ ਕਰਨ ਵਾਸਤੇ ਬੰਦੀ ਸਿੰਘਾਂ ਦੀ ਗੱਲ ਕਰਨ ਵਾਸਤੇ ਕਰਦੇ ਪੈ ਨੇ ਨਾ ਤੇ ਜਿਆਜੋ ਮੋਰਚੇ ਤੇ ਆ ਰਹੇ ਨੇ ਤੇ ਆਪਾਂ ਦਾ ਵਿਰੋਧ ਕੀਤਾ ਮੈਂ ਹੱਥ ਜੋੜ ਬੇਨਤੀ ਕਰਾਂਗਾ ਆਪਣੇ ਬੁੱਕਲ ਦਾ ਘੇਰਾ ਵੱਡਾ ਕਰੋ ਆਪਣੀ ਬੁੱਕਲ ਨੂੰ ਖੁੱਲਾ ਕਰੋ ਇਹਦੇ ਚ ਕੋਈ ਆਵੇ ਤੁਹਾਨੂੰ ਆ ਕੇ ਸਮਰਥਨ ਦੇਵੇ ਤੇ ਉਹਨੂੰ ਜੀਆਂ ਨੂੰ ਆਖੋ ਇੱਕ ਗੱਲ ਯਾਦ ਰੱਖਿਓ ਜੇ ਕਹਿੰਦੇ ਘਰ ਦੇ ਵਿੱਚ ਦੁਸ਼ਮਣ ਵੀ ਆ ਜੇ ਨਾ ਤੇ ਉਹ ਵੀ ਇੱਕ ਬੜੀ ਵੱਡੀ ਜਿੱਤ ਹੁੰਦੀ ਆ ਵੀ ਦੁਸ਼ਮਣ ਤੁਹਾਡੇ ਘਰ ਦੇ ਵਿੱਚ ਚੱਲ ਕੇ ਆ ਗਿਆ ਬਹਿ ਗਿਆ ਆ ਕੇ ਉੱਥੇ ਹੱਥ ਜੋੜ ਕੇ ਇਹ ਬੜੀ ਵੱਡੀ ਜਿੱਤ ਹੁੰਦੀ ਆ ਇਸ ਸ਼੍ਰੋਮਣੀ ਕਦਾਰਾ ਪ੍ਰਬੰਧਕ ਕਮੇਟੀ ਇੱਕ ਬੜੀ ਵੱਡੀ ਸੰਸਥਾ ਹੈ ਬੜੀ ਵੱਡੀ ਉਹਨਾਂ ਕੋ ਮੈਨ ਪਾਵਰ ਹੈ ਜੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਤੇ ਸਾਨੂੰ ਇੱਕੋ ਪਲੇਟਫਾਰਮ ਤੇ ਇਕੱਠੇ ਹੋਣਾ ਪੈਣਾ ਸਾਰਿਆਂ ਨੂੰ ਇੱਕੋ ਪਲੇਟਫਾਰਮ ਤੇ ਮੇਰਾ ਕਿਸੇ ਨਾਲ ਕੋਈ ਨਿਜੀ ਵੈਰ ਨਹੀਂ ਪੰਥਕ ਸਫਾਵਾਂ 'ਚ ਵਿਚਰਦੇ ਆ ਵਿਚਾਰਾਂ ਦਾ ਟਕਰਾ ਹੈ ਪਰ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਇਹ ਵਿਚਾਰ ਆਏ ਇਹ ਜੇ ਸਭ ਦਾ ਇੱਕ ਹੋਏਗਾ ਤੇ ਤਾਂ ਬੰਦੀ ਸਿੰਘ ਬਾਹਰ ਆਉਣੇ ਨੇ ਜੇ ਆਹੀ ਫੁੱਟਬਾਜੀ ਰਹੀ ਵੀ ਅੱਜ ਫਲਾਣਾ ਆਇਆ ਉਹਦਾ ਵਿਰੋਧ ਕਰਤਾ ਅੱਜ ਇਹ ਆ ਇਹਦੀ ਗੱਡੀ ਭੰਨ ਦਿਓ ਇਹ ਆਇਆ ਇਹ ਕੌਮ ਦਾ ਗਦਾਰ ਹੈ ਇਹ ਆਇਆ ਇੰਨੇ ਫਲਾਣਾ ਕਰਤਾ ਤੇ ਮਾਫਤ ਜਾਣਣਾ ਸਾਡੇ ਬੰਦੀ ਸਿੰਘ ਰਿਹਾ ਹੋ ਜਾਣਗੇ ਨਹੀਂ ਇੱਕ ਹੋਣਾ ਪੈਣਾ ਤੁਹਾਨੂੰ ਇੱਕ ਇਸ ਵਿਸ਼ੇ ਤੇ ਇੱਕ ਹੋਣਾ ਪੈਣਾ ਭਾਵੇਂ ਮਸ਼ੀਨਰੀ ਭਾਵੇਂ ਟਕਸਾਲੀ ਭਾਵੇਂ ਰਾੜੇ ਵਾਲੇ ਭਾਵੇਂ এসਜੀਪੀਸੀ ਤੇ ਭਾਵੇਂ ਕੋਈ ਵੀ ਹੋਵੇ ਜਿਹੜਾ ਆ ਗਿਆ ਉਹਨੂੰ ਮੋਸਟ ਵੈਲਕਮ ਆ ਖੋ ਜੀਆਂ ਨੂੰ ਕੋ ਨੌਜਵਾਨ ਵੀਰੋ ਮੇਰੀ ਹੱਥ ਜੋੜ ਬੇਨਤੀ ਹੈ ਮੇਰੇ ਭਰਾਓ ਤੁਸੀਂ ਛੋਟੇ ਲਾ ਲਓ ਵੱਡੇ ਲਾ ਲਓ ਮੈਂ ਵੇਖਿਆ ਗੱਡੀ ਭੰਦੇ ਪਿਆ ਯਾਰ ਕੀ ਐ ਇਹ ਕੀ ਐ ਕੀ ਹੋਜੂ ਗੱਡੀ ਭੰਨ ਕੇ 10 ਲੱਖ 20 ਲੱਖ ਦੀ ਗੱਡੀ ਭੰਦੋ ਕੀ ਹੋਜੂਗਾ ਕਿਸੇ ਨੂੰ ਇੱਕ ਮਿੰਟ ਗੱਡੀਆਂ ਦੀ ਘਾਟ ਆ ਉਹਨੂੰ ਬਾਕੀ ਜੇ ਧਾਮੀ ਦੀ ਗੱਲ ਕਰੀਏ ਤੇ ਉਹ ਹੁਣ ਦਾ ਨਹੀਂ ਲੜਦਾ ਹੁੰਦਾ ਫੇਰ ਵੀ ਦੂਜੇ ਪ੍ਰਧਾਨਾਂ ਦੇ ਨਾਲੋਂ ਰਜਿੰਦਰ ਸਿੰਘ ਧਾਮੀ ਦਾ ਜਿਹੜਾ ਪਿਛਲਾ ਸਮਾਂ دور ਲੰਘਿਆ ਕਿਤੇ ਚੰਗਾ ਹੀ ਨਿਕਲਿਆ ਮੈਂ ਫੇਰ ਕਹਾ ਵਗਿੰਦ ਸਿੰਘ ਲੋਂਗੋ ਵਾਲੀ ਵੀਰਿਆ ਜ਼ਗੀਰੋ ਵੀ ਰਹੀ ਆ ਆਪਾਂ ਵੇਖਿਆ ਸਾਰਿਆਂ ਦਾ ਪਰ ਫੇਰ ਵੀ ਇਸ ਬੰਦੇ ਤੇ ਕੋਈ ਐਡਾ ਦਾਗ ਨਹੀਂ ਹੈਗਾ ਮੈਂ ਕੋਈ ਇਹਦਾ ਪੱਖ ਨਹੀਂ ਪੂਰਦਾ ਪਿਆ ਪਰ ਜੇ ਸ਼੍ਰੋਮਣੀ ਕਮੇਟੀ ਤੁਹਾਨੂੰ ਇਸ ਮੋਰਚੇ 'ਚ ਆ ਕੇ ਤੁਹਾਡੇ ਨਾਲ ਬੈਠਦੀ ਤੇ ਕੀ ਗੁਨਾਹ ਹੋਇਆ ਸੀ ਜੇ ਧਾਮੀ ਆ ਗਿਆ ਚਲੋ ਛੱਡੋ ਸ਼੍ਰੋਮਣੀ ਕਮੇਟੀ ਛੱਡੋ ਵੀ ਸ਼੍ਰੋਮਣੀ ਕਮੇਟੀ ਨਹੀਂ ਆਈ ਛੱਡੋ ਸੰਗਤੀ ਰੂਪ ਦੇ ਵਿੱਚ ਕੋਈ ਬੰਦਾ ਆ ਕੇ ਬਹਿ ਜਾਏਗਾ ਕਿ ਗੁਰੂ ਘਰ ਆ ਕੇ ਮੱਥਾ ਟੇਕ ਕੇ ਆ ਕੇ ਉਹਨੂੰ ਗੁਰੂ ਘਰੋਂ ਕੱਢੋਗੇ ਉਹ ਲੋਕਾਂ ਨੂੰ ਕਹਿੰਦੇ ਨਰਵੈਰ ਗੁਰੂ ਹੈ ਸਾਡਾ ਨਰਵੈਰ ਪੰਥ ਹੈ ਅਸੀਂ ਕਿਸੇ ਨਾਲ ਵੈਰ ਨਹੀਂ ਕਰਦੇ ਨਰਵੈਰ ਹੈ ਤੇ ਇੱਥੇ ਕੋਈ ਗੁਰੂ ਘਰ ਉੱਥੇ ਗੁਰੂ ਸਾਹਿਬ ਦੀ ਹਜ਼ੂਰੀ ਚ ਮੱਥਾ ਟੇਕ ਰਿਹਾ ਨੇ ਕਿ ਫੇਰ ਮੱਥਾ ਨਾ ਟੇਕਣ ਬਈਓ ਮੱਥਾ ਟੇਕਦਿਆਂ ਗੁਰੂ ਘਰ ਦੀ ਹਜ਼ੂਰੀ ਵਿੱਚੋਂ ਬਾਹਰ ਫੜ ਕੇ ਕੱਢੋਗੇ ਕਿ ਆਹ ਸਾਡਾ ਨਿਯਮ ਹੈ ਕਿ ਆਹ ਸਾਡੇ ਪੰਥ ਦੇ ਰੀਤੀ ਰਿਵਾਜ ਹੈ ਲੜਨਾ ਤੇ ਲੜ ਲੋ ਫਿਰ ਜਾਓ ਫਿਰ ਉਹਦੇ ਘਰ ਦੇ ਬੋਰੇ ਜਾ ਕੇ ਲਲਕਾਰੋ ਮਾਰੋ ਜਾਓ ਬਾਹਰ ਜਾਓ ਵੀ ਆਪ ਆਇਆ ਕਿ ਤਾ ਤੂੰ ਆਇਆ ਕਿ ਤਾ ਫਿਰ ਤਾਂ ਗੱਲ ਸਮਝ ਆਉਂਦੀ ਆ ਪਰ ਜੇ ਕੋਈ ਜਲਦ ਦਰਤੇ ਤੁਹਾਡੇ ਘਰ ਚੱਲ ਕੇ ਤੁਹਾਡੇ ਕੋ ਆ ਰਿਹਾ ਤੇ ਤੁਸੀਂ ਉੱਥੇ ਉਹਦਾ ਵਿਰੋਧ ਕਰਦੇ ਫਿਰ ਉੱਥੇ ਤੁਸੀਂ ਸਹੀ ਨਹੀਂ ਹੈਗੇ ਹੱਥ ਜੋੜ ਬੇਨਤੀ ਹੈ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਆਪਾਂ ਭਰਾਵਾਂ ਨੂੰ ਬਾਹਰ ਲੈ ਕੇ ਆਉਣਾ ਸਾਡੇ ਵੀ ਜਗਤਾਰ ਸਿੰਘ ਹਵਾਰੇ ਹਰਾਂ ਤੇ ਆ ਫੁੱਟ ਕਰਕੇ ਅਸੀਂ ਬਾਹਰ ਤੇ ਲਿਆ ਸਕਦੇ ਫੁੱਟ ਕਰਕੇ ਲਿਆ ਸਕਦੇ ਹੱਥ ਜੋੜ ਬੇਨਤੀ ਹੈ ਵੀਰੋ ਇਕੱਠੇ ਹੋ ਜੋ ਆ ਬੰਦੀ ਸਿੰਘ ਰਿਹਾਈ ਮੋਰਚੇ ਸਾਡੇ ਚ ਲੱਖ ਸਾਡੇ ਚ ਤਕਰਾਰਾ ਹੋਣ ਲੱਖ ਸਾਡੇ ਚ ਵਿਚਾਰਾਂ ਦਾ ਹੋਵੇ ਪਰ ਜੇ ਕੋਈ ਬੰਦੀ ਸਿੰਘਾਂ ਦੇ ਮੋਰਚੇ ਤੇ ਆਉਂਦਾ ਤਾਂ ਉਹਨੂੰ ਬੁੱਕਲ ਵਿੱਚ ਬੁੱਕਲ ਚ ਲਾਓ ਉਹਨੂੰ ਉਮੀਦ ਕਰਦਾ ਨੌਜਵਾਨ ਵੀਰ ਜਿਹੜੇ ਤੁਸੀਂ ਸਾਹਮਣਾ ਕੌਮ ਨੂੰ ਤੁਹਾਡੀ ਬਹੁਤ ਲੋੜ ਹੈ ਨੌਜਵਾਨਾਂ ਦੀ ਤੁਹਾਡੇ ਬਿਨਾ ਮੋਰਚੇ ਕਿਸੇ ਕੰਮ ਦੇ ਨਹੀਂ ਪਰ ਸਮਝੋ ਮੇਰੀ ਇਸ ਬੇਨਤੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ